Amelia puta. Aunque le pare de verdad que a mí es una puta. Acordía que le voy a decir. María puta. ਇਹ ਦਰਦ ਹੈ ਉਸ ਪਰਿਵਾਰ ਦਾ ਜਿਸਦੇ ਪੁੱਤ ਦੀ ਵਿਦੇਸ਼ੀ ਧਰਤੀ 'ਤੇ ਮੌਤ ਹੋ ਗਈ ਹੈ। ਤਾਹਾਂ ਮਾਰ ਮਾਰੇ ਪਰਿਵਾਰ ਰੋ ਰਿਹਾ, ਮਾਂ ਆਪਣੇ ਪੁੱਤ ਨੂੰ ਵਾਜਾਂ ਮਾਰ ਰਹੀ ਹੈ, ਵੇ ਪੁੱਤਾ ਆ ਜਾ ਘਰ, ਵੇ ਪੁੱਤਾ ਆ ਜਾ ਘਰ। ਮਾਂ ਦੇ ਇਹ ਬੋਲ ਕਲੇਜਾ ਚੀਰ ਰਹੇ ਨੇ, ਸੀਨਾ ਚੀਰ ਰਹੇ ਨੇ। ਤਾਹਾਂ ਮਾਰ ਮਾਰੇ ਮਾਂ ਰੋ ਰਹੀ ਹੈ ਅਤੇ ਜ਼ੁਬਾਨ 'ਤੇ ਸਿਰਫ ਆਪਣੇ ਪੁੱਤ ਦਾ ਨਾਮ ਹੈ, ਉਸਨੂੰ ਪੁਕਾਰ ਰਹੀ ਹੈ, ਵਾਜਾਂ ਮਾਰ ਰਹੀ ਹੈ। ਰੋਂਦੀ ਇਹ ਮਾਂ ਦੇਖੀ ਨਹੀਂ ਜਾ ਰਹੀ। ਵਿਦੇਸ਼ੀ ਧਰਤੀ ਤੋਂ ਦੱਸਦੀ ਹੈ ਕਿ ਇੱਕ ਵਾਰ ਫਿਰ ਮੰਦਭਾਗੀ ਖਬਰ ਆਈ ਹੈ। ਜਲੰਧਰ ਦੇ ਭੋਗਪੁਰ ਨੇੜਲੇ ਪਿੰਡ ਪਟਨੂਰਾ ਦੇ ਨੌਜਵਾਨ ਸੁਖਵਿੰਦਰ ਸਿੰਘ ਦੀ ਅਮਰੀਕਾ 'ਚ ਮੌਤ ਹੋ ਗਈ। ਸੜਕ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਗਈ। ਦੱਸ ਦਈਏ ਕਿ 14 ਸਾਲ ਪਹਿਲਾਂ ਸੁਖਵਿੰਦਰ ਸਿੰਘ ਵਿਦੇਸ਼ੀ ਧਰਤੀ 'ਤੇ ਗਿਆ ਸੀ, ਅਮਰੀਕਾ ਗਿਆ ਸੀ ਰੋਜ਼ੀ ਰੋਟੀ ਕਮਾਉਣ ਲਈ। ਪਰ ਉਸਨੂੰ ਕੀ ਪਤਾ ਸੀ ਉਹ ਕਦੇ ਵਾਪਸ ਨਹੀਂ ਮੁੜੇਗਾ। ਬੀਤੇ ਦਿਨਾਂ ਇੱਥੇ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸੁਖਵਿੰਦਰ ਦੀ ਮੌਤ ਹੋ ਗਈ। ਦੱਸ ਦਈਏ ਕਿ 2009 'ਚ ਸੁਖਵਿੰਦਰ ਵਿਦੇਸ਼ੀ ਧਰਤੀ 'ਤੇ ਅਮਰੀਕਾ ਗਿਆ ਸੀ। ਪਰਿਵਾਰ ਵਾਲਿਆਂ ਨੂੰ ਵਿਦੇਸ਼ ਤੋਂ ਫੋਨ ਆਇਆ ਕਿ ਤੁਹਾਡੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਪਰਿਵਾਰ ਤਾਂ ਇੱਕਦਮ ਸਦਮੇ 'ਚ ਚਲਾ ਗਿਆ, ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੂਰੇ ਪਿੰਡ 'ਚ ਮਾਤਮ ਛਾ ਗਿਆ, ਘਰ ਦੇ ਵਿੱਚ ਮਾਤਮ ਛਾ ਗਿਆ, ਪਰਿਵਾਰ ਦਾ ਰੋ ਰੋ ਕੇ। ਬੁਰਾ ਹਾਲ ਹੈ, ਮਾਂ ਤਾਂ ਆਪਣੇ ਪੁੱਤ ਨੂੰ ਵਾਜਾਂ ਮਾਰ ਰਹੀ ਹੈ। ਇੱਦਾਂ ਦਾ ਦਿਨ ਕਦੇ ਵੀ ਰੱਬ ਕਿਸੇ ਨੂੰ ਨਾ ਦਿਖਾਵੇ। ਜਿਸ ਪੁੱਤ ਦੀ ਮਾਂ ਉਡੀਕ ਕਰ ਰਹੀ ਸੀ ਉਸਦੀ ਮੌਤ ਦੀ ਖਬਰ ਆਉਂਦੀ ਹੈ ਤਾਂ ਮਾਂ ਆਪਣੇ ਪੁੱਤ ਨੂੰ ਵਾਜਾਂ ਮਾਰ ਰਹੀ ਹੈ, ਵੇ ਪੁੱਤਾ ਆ ਜਾ, ਵੇ ਪੁੱਤਾ ਆ ਜਾ। ਇਹ ਮਾਂ ਦੇ ਬੋਲ ਕਲੇਜਾ ਚੀਰ ਰਹੇ ਨੇ, ਸੀਨਾ ਚੀਰ ਰਹੇ ਨੇ। ਰੋਂਦੀ ਇਸ ਮਾਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ। ਪੂਰਾ ਪਰਿਵਾਰ ਤਾਹਾਂ ਮਾਰ ਕੇ ਰੋ ਰਿਹਾ, ਸਦਮੇ ਦੇ ਵਿੱਚ ਹੈ। ਪਰਿਵਾਰ ਵੱਲੋਂ ਪੁੱਤਰ ਦੇ ਸੰਸਕਾਰ ਲਈ ਵਿਦੇਸ਼ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਨਹੀਂ ਤਾਂ ਵਿਦੇਸ਼ੀ ਧਰਤੀ ਤੋਂ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਲਿਆਂਦਾ ਜਾਵੇ, ਪੰਜਾਬ ਭੇਜਿਆ ਜਾਵੇ ਤਾਂ ਜੋ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਲੈਣ। ਤਾਂ ਇਹ ਪਰਿਵਾਰ ਦਾ ਦਰਦ ਹੈ ਜਿਸਦੇ ਕਿ ਪੁੱਤ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਅਮਰੀਕਾ ਤੋਂ ਇਹ ਮੰਦਭਾਗੀ ਖਬਰ ਆਈ ਹੈ। ਜਲੰਧਰ ਦੇ ਭੋਗਪੁਰ ਨੇੜਲੇ ਪਟਨੂਰਾ ਦਾ ਨੌਜਵਾਨ ਸੁਖਵਿੰਦਰ ਸਿੰਘ ਬੀਤੇ ਦਿਨਾਂ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਜਿਵੇਂ ਹੀ ਇਹ ਖਬਰ ਘਰ ਪਹੁੰਚੀ, ਘਰ ਮਾਤਮ ਛਾ ਗਿਆ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪੂਰੀ ਤਰ੍ਹਾਂ ਨਾਲ ਪਰਿਵਾਰ ਸਦਮੇ 'ਚ ਹੈ, ਬੇਸੁੱਧ ਹੋ ਚੁੱਕਿਆ ਹੈ ਪਰਿਵਾਰ ਕਿ ਆਖਰ ਇਹ ਬਣ ਕੀ ਗਿਆ, ਉਹਨਾਂ ਦੇ ਨਾਲ ਹੋ ਕੀ ਗਿਆ। ਜਿਸ ਪੁੱਤ ਦੀ ਤਾਂਘ ਅਸੀਂ ਰੱਖ ਰਹੇ ਸੀ, ਉਡੀਕ ਕਰ ਰਹੇ ਸੀ, ਉਹ ਹਮੇਸ਼ਾ ਲਈ ਉਹਨਾਂ ਨੂੰ ਇਸ ਦੁਨੀਆਂ ਤੋਂ ਛੱਡ ਕੇ ਚਲਾ ਗਿਆ। ਪਹੁੰਚਾ ਗਏ ਵਾਲਿਆ ਬੰਦਾ।
ਜਪਦਾ। ਇਹ ਰੋਂਦੀ ਮਾਂ ਨਹੀਂ ਦੇਖੀ ਜਾ ਰਹੀ ਜੋ ਬਾਰ ਬਾਰ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ, ਬੇਸੁੱਧ ਹੋ ਰਹੀ ਹੈ, ਕਹਿ ਰਹੀ ਹੈ ਕਿ ਪੁੱਤਾ ਇੱਕ ਵਾਰ ਆ ਜਾ। ਮਾਂ ਦੇ ਬੋਲ ਕਲੇਜਾ ਚੀਰ ਰਹੇ ਨੇ। ਮਾਰਿਆ ਪਤਾ।